ਹਾਂਜੀ ਕਿਸਾਨ ਵੀਰੋ, ਇਹ ਹੈਗੇ ਨੇ ਗੰਨੇ ਦੀਆਂ ਵਰਾਇਟੀਆਂ, ਅਤੇ ਇਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਜੀ COPB 92 ਅਗੇਤੀ ਕਿਸਮ। ਇਹਦਾ ਉਸਤ ਝਾੜ ਜਿਹੜਾ 335 ਕੁਇੰਟਲ ਹੈ ਜੀ, ਅਤੇ CO 118 ਅਤੇ ਝਾੜ 320 ਕੁਇੰਟਲ ਔਸਤ। ਇਹ COJ 85 ਝਾੜ 305 ਕੁਇੰਟਲ, COJ 64 ਅਗੇਤੀ ਕਿਸਮ ਹੈ ਉਸਤ ਝਾੜ, ਇਹਦਾ 300 ਕੁਇੰਟਲ ਹੈ ਜੀ, ਅਤੇ COPB 93 ਦਰਮਿਆਨੀ ਪਛੇਤੀ ਕਿਸਮ ਔਸਤ ਝਾੜ 390 ਕੁਇੰਟਲ ਹੈ ਜੀ ਇਹਦਾ, ਅਤੇ COPB 94 ਦਰਮਿਆਨੀ ਪਛੇਤੀ ਕਿਸਮ ਇਹਦਾ ਝਾੜ 400 ਕੁਇੰਟਲ ਹੈ ਜੀ, COPB 91 ਦਰਮਿਆਨੀ ਪਛੇਤੀ ਕਿਸਮ ਔਸਤ ਝਾੜ 410 ਕੁਇੰਟਲ, CO 238 ਦਰਮਿਆਨੀ ਪਛੇਤੀ ਔਸਤ ਝਾੜ 365 ਕੁਇੰਟਲ ਪ੍ਰਤੀ ਏਕੜ, COJ 88 ਦਰਮਿਆਨੀ ਪਛੇਤੀ ਔਸਤ ਝਾੜ 335 ਕੁਇੰਟਲ। ਅਤੇ ਹਾਂਜੀ ਡਾਕਟਰ ਸਾਹਿਬ ਸਵਾਗਤ ਹੈ ਜੀ। ਸਰ ਨਵੀਂ ਜਿਹੜੀ ਆ ਵਰਾਇਟੀ ਗੰਨੇ ਦੀ ਉਹ ਕਿਹੜੀ ਹੈ ਅਤੇ ਕਿੰਨਾ ਝਾੜ ਹੈ? ਸਰ ਸਾਡੇ ਕੋਲ ਇਸ ਵੇਲੇ ਅਸੀਂ 3 ਵਰਾਇਟੀਆਂ ਨਵੀਆਂ ਦਿੱਤੀਆਂ ਜੀ। ਹਾਂਜੀ, ਅਗੇਤੀ ਵਿੱਚ ਅਸੀਂ 92 ਦਿੱਤੀ ਹੈ, ਉਹ ਜਿਹੜਾ ਲਾਲ ਰੀਬਨ ਲੱਗਿਆ ਨਾ ਜੀ। ਹਾਂਜੀ ਹਾਂਜੀ, ਅਤੇ ਉਹ 92 ਅਸੀਂ ਅਗੇਤੀ ਦਿੱਤੀ ਜੀ, ਅਤੇ ਉਹਦਾ 335 ਕੁਇੰਟਲ ਝਾੜ ਹੈ ਸਰ। ਹਾਂਜੀ ਹਾਂਜੀ, ਠੀਕ ਹੈ। ਅਤੇ ਦੂਸਰੀ ਸਰ ਜਿਹੜੀ ਵਰਾਇਟੀ ਹੈ ਅਸੀਂ COPB 93 ਦਿੱਤੀ ਹੈ, ਅਤੇ ਇਹਦਾ 390 ਕੁਇੰਟਲ ਹੈ ਜੀ ਔਸਤ ਝਾੜ ਹੈ ਨਾ। ਔਸਤ ਝਾੜ ਜੀ 8 ਕਨਾਲ ਦਾ। ਹਾਂਜੀ 8 ਕਨਾਲਾਂ ਦਾ ਸਰ। ਅਤੇ ਆਹ ਸਰ ਅਸੀਂ COPB ਹੈਗੀ 94 ਜੀ, ਇਹਦਾ 400 ਕੁਇੰਟਲ ਝਾੜ ਹੈ। ਇਹਦੀ ਮਿੱਲਾਂ ਦੀ ਡਿਮਾਂਡ ਹੈ ਜੀ? ਹਾਂਜੀ ਸਰ, ਉਹ ਐਕਸੈਪਟੇਬਲ ਹੈ ਜੀ। ਜਿਹੜੇ ਹੁਣ ਸਰ ਅਸੀਂ ਟਰਾਇਲ ਕਰਦੇ ਹਾਂ ਜੀ, ਉਹ ਮਿੱਲਾਂ ਨੂੰ ਲੈ ਕੇ ਕਰਦੇ ਹਾਂ ਤਾਂ ਕਿ ਉਹ ਪਹਿਲੇ ਆਪਣਾ ਉਹ ਵੀ ਪਰਖ ਲੈਣ ਜੀ। ਠੀਕ ਹੈ ਜੀ। ਅਤੇ ਬਿਲਕੁਲ ਢੁੱਕਵੀਂ ਵਰਾਇਟੀ ਹੈ ਜੀ, ਮਤਲਬ ਹੁਣ ਇਹਦਾ ਏਰੀਆ ਕਾਫੀ ਵੱਧ ਰਿਹਾ ਜੀ। ਹਾਂਜੀ, ਅਤੇ ਡਾਕਟਰ ਆਪਣੇ ਰਜਿੰਦਰ ਕੁਮਾਰ ਜੀ, ਜਿਹੜਾ ਇਹ ਜਿੱਦਾਂ ਇਹ 94 COPB 94 ਹੈ, ਇਸਦਾ ਜੇ ਬੀਜ ਲੈਣਾ ਹੋਵੇ ਤਾਂ ਕੀ ਯੂਨੀਵਰਸਿਟੀ ਦੇ ਰਹੀ ਹੈ ਜਾਂ ਕਿੱਦਾਂ ਬੁਕਿੰਗ ਕਰਾਉਣੀ ਪੈਂਦੀ ਹੈ? ਸਰ ਜਿਹੜੇ ਤੇ ਅਗੇਤੀਆਂ ਵਰਾਇਟੀਆਂ ਜੀ, ਉਹ ਅੱਸੂ ਦੀ ਬਿਜਾਈ ਲਈ ਅਸੀਂ ਦੇ ਰਹੇ ਹਾਂ। ਸਾਡਾ ਸੈਂਟਰ ਜਿਹੜਾ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਰੀਜਨਲ ਰਿਸਰਚ ਸਟੇਸ਼ਨ ਗੰਨੇ ਦਾ, ਉਹ ਕਪੂਰਥਲਾ ਆ ਜੀ। ਓਕੇ। ਅਤੇ ਦੂਜਾ ਫਾਰਮ ਹੈਗਾ ਜੀ ਸਾਡਾ ਫਰੀਦਕੋਟ, ਰੀਜਨਲ ਰਿਸਰਚ ਸਟੇਸ਼ਨ ਫਰੀਦਕੋਟ। ਠੀਕ ਹੈ ਜੀ, ਸਾਡੇ 2 ਫਾਰਮ ਆ, ਤੁਸੀਂ ਉਹਨਾਂ ਦੋਵਾਂ ਫਾਰਮਾਂ ਤੋਂ ਬੀਜ ਲੈ ਸਕਦੇ ਜੀ। ਅਤੇ ਜਿਹੜੀ ਅਗੇਤੀਆਂ ਆ ਉਹ ਅਸੀਂ 4-5 ਦਿਨਾਂ 'ਚ ਆਪਣਾ ਬੀਜ ਦੇਣਾ ਸ਼ੁਰੂ ਕਰ ਦੇਣਾ ਜੀ। ਉਹਦੇ ਵਿੱਚ 92 ਨਵੀਂ ਵਰਾਇਟੀ ਦੇਵਾਂਗੇ ਜੀ, 18, 64 ਅਤੇ 85 ਦੇਵਾਂਗੇ ਜੀ। ਅਤੇ ਜਿਹੜੀਆਂ ਮਿੱਡ ਦੀਆਂ ਵਰਾਇਟੀਆਂ ਇਹ ਅਸੀਂ ਫਰਵਰੀ 'ਚ ਦੇਵਾਂਗੇ। ਅਤੇ ਸਰ ਜਿਹੜੀ ਬੀਜ ਦੀ ਬੁਕਿੰਗ ਕਰਾਉਣ ਵਾਸਤੇ ਇੱਥੇ PAU ਲੁਧਿਆਣਾ ਨਾਲ ਕੰਟੈਕਟ ਕਰ ਸਕਦੇ ਨੇ ਕਿਸਾਨ? ਇਹ ਸਰ ਤੁਸੀਂ ਸਾਡੇ ਬਰੀਡਰਸ ਸਾਹਿਬਾਨ ਬੈਠੇ ਆ ਡਾਕਟਰ ਗੁਲਜ਼ਾਰ ਸਿੰਘ, ਅਤੇ ਇਹਨਾਂ ਨੇ ਸਰ ਦੇਣਾ ਆ। ਹਾਂਜੀ ਡਾਕਟਰ ਗੁਲਜ਼ਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਅਤੇ ਸਰ ਇਹਨਾਂ ਨੇ ਵਰਾਇਟੀਆਂ ਬਾਰੇ ਸਾਨੂੰ ਅਲੱਗ ਅਲੱਗ ਸਮਝਾ ਦਿੱਤਾ ਜੀ, ਅਤੇ ਬਟ ਜੇ ਹੁਣ ਕਿਸਾਨਾਂ ਨੇ COPB 94 ਚਾਹੇ 93 ਚਾਹੇ ਕੋਈ ਵੀ ਵਰਾਇਟੀ ਉਹਦਾ ਬੀਜ ਲੈਣਾ, ਕੀ ਉਹ ਖੇਤੀ ਯੂਨੀਵਰਸਿਟੀ ਲੁਧਿਆਣਾ ਨੂੰ ਡਾਇਰੈਕਟ ਕਾਲ ਕਰ ਸਕਦੇ ਨੇ ਜੇ ਬੁਕਿੰਗ ਵਗੈਰਾ ਕਰਾਉਣੀ? ਬੁਕਿੰਗ ਦਾ ਕੋਈ ਜ਼ਰੂਰਤ ਨਹੀਂ ਹੈਗੀ ਸਰ। ਹਾਂਜੀ, ਕਿਉਂਕਿ ਸਾਡੇ 3 ਸਟੇਸ਼ਨ ਹੈਗੇ ਹੈ, ਗੁਰਦਾਸਪੁਰ, ਫਰੀਦਕੋਟ ਅਤੇ ਕਪੂਰਥਲਾ, ਜਿੱਥੇ ਅਸੀਂ ਬਰੀਡਰ ਸੀਡ ਤਿਆਰ ਕਰਦੇ ਹਾਂ। ਬਰੀਡਰ ਸੀਡ ਜਿਹੜਾ ਤਿਆਰ ਹੈ ਉਹਦਾ ਯੂਨੀਵਰਸਿਟੀ ਦੇ ਵਿੱਚ 3-tier ਸਿਸਟਮ ਹੈ ਸੀਡ ਦੇਣ ਦਾ। ਕਿ ਕਈ ਵਾਰ ਕੀ ਹੈ, ਮਿੱਲ ਜਦੋਂ ਬੀਜ ਲੈ ਕੇ ਜਿਵੇਂ ਦਾ ਡਾਇਰੈਕਟ ਜਾਂਦਾ, ਜਦੋਂ ਉਹ ਵਰਾਇਟੀ ਲਾ ਲੈਂਦਾ ਮਿੱਲ ਵਾਉਣ ਕਰਨ ਨੂੰ ਆਉਂਦੀ ਹੈ, ਉਹ ਥੋੜ੍ਹਾ ਜਿਹਾ ਉਨੀਕੀ ਕਰਦਾ ਕਿ ਅਸੀਂ ਇਹ ਕਹਿੰਦੇ ਕਿ ਜ਼ਿਮੀਂਦਾਰ ਦੇ ਉੱਤੇ ਕੋਈ ਉਹ ਪ੍ਰੈਸ਼ਰ ਨਾ ਪਵੇ। ਜੇ ਮਿੱਲ ਦੇ ਰਾਹੀਂ ਅਸੀਂ ਮਿੱਲਾਂ ਨੂੰ ਅਲਾਊਡ ਕਰਦੇ ਹਾਂ ਬਰੀਡਰ ਸੀ, ਉਹ ਡਾਇਰੈਕਟ ਜ਼ਿਮੀਂਦਾਰ ਵੀ ਆ ਕੇ ਲੈ ਸਕਦਾ, ਆਪਣੀ ਜਿਹੜੀ ਨੇੜੇ ਮਿੱਲ ਪੈਂਦੀ ਹੈ ਉਹਦੇ ਥਰਾ ਵੀ ਲੈ ਸਕਦਾ ਫਿਰ, ਕਿਉਂਕਿ ਫਿਰ ਤਿੰਨੋਂ ਪਾਰਟੀਆਂ ਜੁੜ ਗਈਆਂ, ਜ਼ਿਮੀਂਦਾਰ ਵੀ ਨਾਲ ਜੁੜ ਗਿਆ, ਮਿੱਲ ਵੀ ਜੁੜ ਗਈ, ਅਤੇ ਯੂਨੀਵਰਸਿਟੀ ਵੀ ਜੁੜ ਗਈ। ਯੂਨੀਵਰਸਿਟੀ ਨੇ ਬਿੱਲ ਦੀ ਤੁਹਾਨੂੰ ਸਰਕਾਰੀ ਪਰਚੀ ਕੱਟ ਕੇ ਸਰਕਾਰੀ ਰੇਟ 'ਤੇ ਤੁਹਾਨੂੰ ਕਹਿਣਾ ਵੀ ਜਿਹੜੀ ਤੁਸੀਂ ਵਰਾਇਟੀ ਕਹਿੰਦੇ ਸਾਨੂੰ ਆਹ ਚਾਹੀਦਾ ਅਸੀਂ ਉਹ ਦੇ ਦਾਂਗੇ। ਮਿੱਲ ਨੇ ਤੁਹਾਨੂੰ ਭੇਜਿਆ ਹੋਣਾ, ਕੱਲ੍ਹ ਤੁਹਾਨੂੰ ਉਹ ਧੋਖਾ ਨਹੀਂ ਕਰ ਸਕਦੀ,
ਵੀ ਆਹ ਵਰਾਇਟੀ ਉਹ ਨਹੀਂ ਹੈਗੀ, ਆਹ ਉਹ ਨਹੀਂ ਹੈਗੀ, ਇਸ ਕਰਕੇ ਤੁਹਾਨੂੰ ਸਹੀ ਸੀਡ ਸਹੀ ਟਾਈਮ 'ਤੇ ਸਹੀ ਰੂਟ ਦੇ ਥਰੂ ਮਿਲ ਜੂਗਾ, ਸਹੀ ਰੇਟ 'ਤੇ ਮਿਲ ਜੂਗਾ। ਬਹੁਤ ਬਹੁਤ ਧੰਨਵਾਦ। ਲੁਧਿਆਣੇ ਫੋਨ ਕਰਨ ਦੀ ਬਜਾਏ ਤੁਸੀਂ ਡਾਇਰੈਕਟ ਕਪੂਰਥਲੇ ਪਰਸਿਊ ਕਰ ਸਕਦੇ ਹੋ, ਫਰੀਦਕੋਟ ਵੀ ਕਰ ਸਕਦੇ ਹੋ, ਗੁਰਦਾਸਪੁਰ ਵੀ, ਜਿਹੜਾ ਸਟੇਸ਼ਨ ਤੁਹਾਨੂੰ ਲੱਗੇ ਪੈਂਦਾ, ਜਿਹੜਾ ਤੁਹਾਡੇ ਨੇੜੇ ਪੈਂਦਾ, ਜਿਹਦੇ ਜਾਂ ਤੁਹਾਡੀ ਜਿਹੜੀ ਤੁਹਾਨੂੰ ਮਿਲ, ਜਾਂ ਮਿਲ ਤੁਹਾਨੂੰ ਨੇੜੇ ਪੈਂਦੀ ਹੈ, ਉਹਨੂੰ ਕਹਿ ਦਿਓ ਵੀ ਸਾਨੂੰ ਉੱਥੋਂ ਅਲੋਟ ਕਰ ਦਿਓ, ਅਸੀਂ ਅਲੋਟ ਕੀਤਾ ਚੁੱਕਣ ਵਾਸਤੇ ਪੋਲ ਲਾ ਕੇ ਜਿਹੜਾ 85 COJ 85 ਆਹ ਪੋਲਾ। ਬਹੁਤ ਬਹੁਤ ਧੰਨਵਾਦ ਡਾਕਟਰ ਗੁਲਜ਼ਾਰ ਸਾਹਿਬ।